ਮੇਰਾ ਦਿਲ ਕਰਦਾ ਸੀਗਾ ਕਿ ਮੈਂ ਵੀ ਗੁਰਦੁਆਰਾ ਸਾਹਿਬ ਆ ਕੇ ਮਹਾਰਾਜ ਦੇ ਅੱਗੇ ਮੱਥਾ ਟੇਕਾਂ ਅਤੇ ਸੰਗਤਾਂ ਨੂੰ ਫਤਿਹ ਅਰਜ਼ ਕਰਦਾ। ਪਰ ਹੁਣ ਸਾਡੇ ਇਲੈਕਸ਼ਨਸ ਹੈਗੇ ਹੈ, ਉਹਦੇ ਵਿੱਚ ਕੁਛ ਮਜਬੂਰੀ ਹੈ ਜਿਹੜਾ ਕਿ ਮੈਂ ਤੁਹਾਡੇ ਦਰਸ਼ਨ ਨਹੀਂ ਕਰ ਸਕਦਾ। ਸਾਨੂੰ ਸਿੱਖ ਕੌਮ ਨੂੰ ਬਹੁਤ ਅਫਸੋਸ ਹੈ ਕਿ ਜਿਹੜੀ ਸੈਂਟਰ ਹਿੰਦੁੱਤਵਾ ਇੰਡੀਆ ਦੀ ਸਰਕਾਰ ਹੈ, ਸ਼੍ਰੀ ਮੋਦੀ, ਸ਼੍ਰੀ ਸ਼ਾਹ ਜੀ ਜਿਹੜੇ ਯੂਨੀਅਨ ਹੋਮ ਮਿਨਿਸਟਰ ਹੈ, ਐਕਸਟਰਨਲ ਅਫੇਅਰਸ ਮਿਨਿਸਟਰ ਸ਼੍ਰੀ ਜੈਸ਼ੰਕਰ ਜੀ ਹੈ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਡੋਇਲ ਹੈ, ਇਹਨਾਂ ਸਾਰਿਆਂ ਨੇ ਇੱਕ ਪੋਲਿਸੀ ਘੜੀ ਹੈ ਕਿ ਜਿਹੜਾ ਵੀ ਸਿੱਖ ਆਜ਼ਾਦੀ ਦੀ ਸਿੱਖਾਂ ਦੀ ਗੱਲ ਕਰੂਗਾ ਅਤੇ ਉਸ ਨੂੰ ਇੰਡੀਆ ਕਿਤੇ ਵੀ ਹੋਵੇ, ਕਿਸੇ ਮੁਲਕ ਦੇ ਵਿੱਚ ਹੋਵੇ, ਉਸ ਨੂੰ ਗੋਲੀ ਮਾਰ ਕੇ ਖਤਮ ਕਰ ਸਕਦਾ ਹੈਗਾ। ਇਹ ਇੱਕ ਵਾਰੀ ਨਹੀਂ, ਇੰਡੀਆ ਦੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨੇ ਵੀ ਇਸ ਚੀਜ਼ ਨੂੰ ਦੁਹਰਾਇਆ ਅਤੇ ਐਕਸਟਰਨਲ ਅਫੇਅਰਸ ਮਿਨਿਸਟਰ ਜੈਸ਼ੰਕਰ ਵੀ ਕਹਿੰਦਾ ਕਿ ਕਿਤੇ ਵੀ ਸਿੱਖ ਜਿਹੜਾ ਆਜ਼ਾਦੀ ਦੀ ਗੱਲ ਕਰੂਗਾ ਅਸੀਂ ਉਹਨੂੰ ਜਾਨੋਂ ਮਰਵਾ ਦੇਣਾ ਹੈਗਾ। ਹੁਣ ਇਹ ਤਾਂ ਕਾਨੂੰਨ ਦੇ ਖਿਲਾਫ ਹੈ ਕਿ ਜਿੰਨਾ ਚਿਰ ਅਦਾਲਤ ਹੁਕਮ ਨਾ ਦੇਵੇ ਕਿਸੇ ਨੂੰ ਸਜ਼ਾ ਦੇਣ ਦੀ, ਸਿੱਧੀ ਸਰਕਾਰ ਕੋਈ ਵੀ ਇਹੋ ਜਿਹੀ ਸਜ਼ਾ ਮੌਤ ਦੀ ਨਹੀਂ ਦੇ ਸਕਦੀ। ਇਸ ਦਾ ਸਬੂਤ ਹੈ ਕਿ ਤੁਹਾਡੇ ਪ੍ਰਾਈਮ ਮਿਨਿਸਟਰ ਟਰੂਡੋ ਸਾਹਿਬ ਹੈ, ਉਹਨਾਂ ਨੇ ਤੁਹਾਡੀ ਪਾਰਲੀਮੈਂਟ ਔਟਬਾ ਦੇ ਵਿੱਚ ਵੀ ਇਹ ਗਿਲਾ ਕੀਤਾ ਕਿ ਇੰਡੀਆ ਦੀਆਂ ਜਿਹੜੀਆਂ ਸੀਕ੍ਰੇਟ ਏਜੰਸੀਜ਼ ਨੇ ਉਹ ਕੈਨੇਡਾ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਕਰ ਰਹੀ ਹੈ, ਉੱਥੋਂ ਦੀ ਬਾਦਸ਼ਾਹੀ ਕੈਨੇਡਾ ਦੀ ਤੋੜ ਕੇ ਅਤੇ ਉੱਥੇ ਕਤਲ ਇਹਨਾਂ ਨੇ ਕਰਵਾਏ ਹੈਗੇ ਹੈ। ਭਾਈ ਹਰਦੀਪ ਸਿੰਘ ਨਿੱਜਰ ਦਾ ਖਰਾਤਾ, ਫਿਰ ਸਰਦਾਰ ਰਿਪੁਦਿਨ ਸਿੰਘ ਮਲਕ ਦਾ ਖਰਾਤਾ, ਇੱਕ ਮੋਗੇ ਦਾ ਨੌਜਵਾਨ ਹੈ ਸੁਖਦੂਲ ਸਿੰਘ, ਉਹਦਾ ਵੀ ਕਤਲ ਕਰਾਤਾ। ਬਰਤਾਨੀਆ ਦੇ ਵਿੱਚ ਅਵਤਾਰ ਸਿੰਘ ਖੰਡੇ ਨੂੰ ਜ਼ਹਿਰ ਦੇ ਕੇ ਮਰਵਾ ਦਿੱਤਾ ਹੈਗਾ, ਔਰ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਮਰਵਾ ਦਿੱਤਾ, ਅਤੇ ਪਾਕਿਸਤਾਨ ਦੇ ਵਿੱਚ ਹੀ ਆਪਣੇ ਲਖਬੀਰ ਸਿੰਘ ਗੋਡੇ ਨੂੰ ਮਰਵਾ ਦਿੱਤਾ, ਅਤੇ ਇੱਥੇ ਹਿੰਦੁਸਤਾਨ ਦੇ ਵਿੱਚ ਕਤਲ ਕਰਾਏ ਹੈ ਸਾਡਾ ਦੀਪ ਸਿੰਘ ਸਿੱਧੂ ਅਤੇ ਪੰਜਾਬ ਦੇ ਵਿੱਚ ਮੂਸੇਵਾਲ। ਇਹ ਸਾਰੀਆਂ ਗੈਰ ਕਾਨੂੰਨੀ ਇਹਨਾਂ ਨੇ ਕਤਲ ਕਰਵਾਏ ਹੈ। ਇਹਨਾਂ ਨੇ ਅਮੈਰੀਕਾ ਦੇ ਵਿੱਚ ਵੀ ਸ਼੍ਰੀ ਪੰਨੂ ਦਾ ਕਤਲ ਕਰਾਉਣਾ ਸੀਗਾ, ਪਰ ਅਮੈਰੀਕਾ ਦਾ ਜਿਹੜਾ ਇੰਟੈਲੀਜੈਂਸ ਸਿਸਟਮ ਹੈ ਉਹ ਬਹੁਤ ਤਿੱਖਾ ਅਤੇ ਸ਼ਾਰਪ ਹੈ, ਉਹਨਾਂ ਨੇ ਬੰਦੇ ਫੜ ਲਏ ਹੈ ਅਤੇ ਸਿੱਧਾ ਇਲਜ਼ਾਮ ਮੋਦੀ ਸਰਕਾਰ ਦੇ ਉੱਤੇ ਲਗਾਇਆ ਕਿ ਇਹਨਾਂ ਨੇ
ਪੰਨੂ ਨੂੰ ਕਤਲ ਨਿਊਯਾਰਕ ਦੇ ਵਿੱਚ ਕਰਵਾਉਣਾ ਸੀਗਾ। ਇਹ ਕੇਸ ਅਮੈਰੀਕਾ ਬੜਾ ਸੰਜੀਦਗੀ ਦੇ ਨਾਲ ਅਤੇ ਕੈਨੇਡਾ ਵੀ ਸੰਜੀਦਗੀ ਦੇ ਨਾਲ ਅਤੇ ਬਰਤਾਨੀਆ ਘੱਟ ਸੰਜੀਦਗੀ ਦੇ ਨਾਲ ਅਤੇ ਪਾਕਿਸਤਾਨ ਵੀ ਘੱਟ ਸੰਜੀਦਗੀ ਦੇ ਨਾਲ ਇੰਡੀਆ ਦੇ ਨਾਲ ਚੱਕ ਰਹੇ ਹੈ, ਜਿਹੜਾ ਸਾਨੂੰ ਖੁਸ਼ੀ ਵੀ ਹੈ ਅਤੇ ਗਮੀ ਵੀ ਹੈ ਕਿ ਪਾਕਿਸਤਾਨ ਅਤੇ ਬਰਤਾਨੀਆ ਇਹ ਕਿਉਂ ਕੇਸ ਇੰਟਰਨੈਸ਼ਨਲੀ ਨਹੀਂ ਚੱਕ ਰਹੇ। ਹੁਣ ਜਿਹੜਾ ਇੰਡੀਆ ਦਾ ਕਾਨੂੰਨ ਹੈ ਉਹਦੇ ਮੁਤਾਬਕ ਜਿਹੜੇ ਵੀ ਇੰਡੀਆ ਦੇ ਤਲਕਾਤ ਦੂਜੇ ਮੁਲਕ ਦੇ ਨਾਲ ਸਮਝੌਤੇ ਦੇ ਹੈਗੇ ਹੈ, ਦੋਸਤਾਨਾ ਦੇ ਹੈਗੇ ਹੈ, ਜੇ ਕੋਈ ਵੀ ਸ਼ਖਸੀਅਤ ਜਾਂ ਕੋਈ ਬੰਦਾ ਉਹਨਾਂ ਨੂੰ ਤੋੜੇ ਕੋਸ਼ਿਸ਼ ਕਰੇ ਤਾਂ ਫਿਰ ਇਹ ਫੌਜਦਾਰੀ ਜੁਰਮ ਬਣਦਾ। ਅਤੇ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਸਰਦਾਰ ਇਮਾਨ ਸਿੰਘ ਮਾਨ ਨੇ ਲਿਖਿਆ ਕਿ ਇਹ ਕਾਨੂੰਨ ਹੈ ਅਤੇ ਮੋਦੀ ਦੇ ਉੱਤੇ, ਸ਼ਾਹ ਦੇ ਉੱਤੇ, ਜੈਸ਼ੰਕਰ ਦੇ ਉੱਤੇ ਅਤੇ ਗੋਇਲ ਦੇ ਉੱਤੇ ਐਕਸ਼ਨ ਫੌਜਦਾਰੀ ਦਾ ਬਣਦਾ ਹੈਗਾ। ਹੁਣ ਦੇਖੋ ਇਲੈਕਸ਼ਨ ਕਮਿਸ਼ਨ ਕੀ ਕਰਦਾ, ਪਰ ਜਿਹੜਾ ਇੰਡੀਆ ਦੂਜੇ ਮੁਲਕਾਂ ਦੇ ਵਿੱਚ ਕਤਲ ਕਰ ਰਿਹਾ ਹੈ, ਖਾਸ ਕਰਕੇ ਅਮੈਰੀਕਾ ਦੇ ਵਿੱਚ, ਤੁਹਾਨੂੰ ਚੇਤਾ ਹੋਊਗਾ ਕਿ 1941 ਦੇ ਵਿੱਚ ਜਪਾਨ ਨੇ ਅਮੈਰੀਕਾ ਦੇ ਪਰਲ ਹਾਰਬਰ ਹਵਾਈ ਦੇ ਉੱਤੇ ਹਮਲਾ ਕੀਤਾ ਸੀਗਾ। ਉਸ ਤੋਂ ਬਾਅਦ ਆਪਣਾ ਜਿਹੜਾ ਬੰਦਾ ਸੀਗਾ ਉਸਾਮਾ ਬਿਨ ਲਾਡਨ, ਉਸਨੇ ਨਿਊਯਾਰਕ ਟਾਵਰਸ ਦੇ ਉੱਤੇ ਹਮਲਾ ਕੀਤਾ ਸੀਗਾ ਅਤੇ ਅਮੈਰੀਕਾ ਦੀ ਡਿਫੈਂਸ ਮਿਨਿਸਟਰੀ ਪੈਂਟਗਨ ਦੇ ਉੱਤੇ ਹਮਲਾ ਕੀਤਾ ਸੀਗਾ। ਅਮੈਰੀਕਾ ਦੀ ਇੱਕ ਡਾਕਟ੍ਰਿਨ ਹੈਗੀ ਹੈ, ਮਨਰੋ ਡਾਕਟ੍ਰਿਨ, ਕਿ ਜਿਹੜਾ ਵੀ ਅਮੈਰੀਕਾ ਦੇ ਉੱਤੇ ਹਮਲਾ ਕਰੂਗਾ ਉਹਦੇ ਖਿਲਾਫ ਅਮੈਰੀਕਾ ਕਾਰਵਾਈ ਕਰੂਗਾ। ਹੁਣ ਜੇ ਉਸਾਮਾ ਬਿਨ ਲੇਡਨ ਨੇ ਹਮਲਾ ਕੀਤਾ ਤਾਂ ਮੇਰਾ ਮਤਲਬ ਉਹਦੇ ਖਿਲਾਫ ਐਕਸ਼ਨ ਲਿਆ ਗਿਆ। ਜੇ ਜਪਾਨ ਨੇ ਦੂਜੇ ਵਰਲਡ ਵਾਰ ਦੇ ਵਿੱਚ ਅਮੈਰੀਕਾ 'ਤੇ ਹਮਲਾ ਕੀਤਾ ਉਹਦੇ 'ਤੇ ਵੀ ਐਕਸ਼ਨ ਲਿਆ ਗਿਆ।